ਅੱਜ ਜਿਹੜੇ ਬਾਦਲ ਸਾਹਿਬ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਲਈ ਬਰਨਾਲੇ ਤੋਂ ਆਮ ਮਹਾਰੇ ਜਿਹੜੇ ਸਾਰੀ ਸੰਗਤ ਜਿਹੜੀ ਤਕਰੀਬਨ ਇੱਥੋਂ 500-700 ਬੰਦੇ ਦਾ ਜਿਹੜਾ ਜਥਾ ਅੱਜ ਉਹਨਾਂ ਦੇ ਸ਼ਰਧਾਂਜਲੀ ਦੇਣ ਜਿਹੜੇ ਜਾ ਰਹੇ ਨੇਗੇ ਪਰਮਾਤਮਾ ਅੱਗੇ ਅਰਦਾਸ ਬੇਨਤੀ ਵੀ ਸਮੁੱਚੀ ਸੰਗਤ ਕਰਦੇ ਹਾਂ ਵੀ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ। ਜਿਸ ਤਰ੍ਹਾਂ ਕਿ ਸਾਰੀਆਂ ਸੰਗਤਾਂ ਨੂੰ ਪਤਾ ਗਾ ਕਿ ਬਾਦਲ ਸਾਹਿਬ ਜਿਨ੍ਹਾਂ ਨੇ ਪੰਜਾਬ ਦੀ ਅਥਾਹ ਸੇਵਾ ਕੀਤੀ, ਜਿਹੜੇ ਕਿ ਹਰ ਵਰਗ ਦੇ ਵਿੱਚ ਹਰਮਨ ਪਿਆਰੇ ਸਨ, ਸਾਰੇ ਵਰਗ ਸਾਰੇ ਧਰਮਾਂ ਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਸਨ। ਇਸ ਦਾ ਕਾਰਨ ਇਹ ਸੀਗਾ ਕਿ ਬਾਦਲ ਸਾਹਿਬ ਨੇ ਬਿਨਾਂ ਜਾਤ ਪਾਤ ਬਿਨਾਂ ਧਰਮ ਵਿਤਕ ਤੋਂ ਬਗੈਰ ਉਹਨਾਂ ਨੇ ਸਾਰੇ ਵਰਗਾਂ ਦੀ ਸੇਵਾ ਕੀਤੀ, ਵੱਖ ਵੱਖ ਧਰਮ ਸਥਾਨਾਂ ਦੀ ਸੇਵਾ ਕਰਵਾਈ ਅਤੇ ਬਹੁਤ ਵੱਡੀ ਤਰੱਕੀ ਹੈ ਜਿਹੜੀ ਪੰਜਾਬ ਦੇ ਵਿੱਚ ਉਹਨਾਂ ਦੇ ਦੁਆਰਾ ਕੀਤੀ ਗਈ। ਉਹ 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਅਤੇ ਹੁਣ ਉਹ ਮੌਜੂਦਾ ਸਰਪ੍ਰਸਤ ਸਨ। ਸੋ ਉਹਨਾਂ ਦੇ ਜਾਣ ਦਾ ਸਾਰੀ ਸੰਗਤ ਨੇ, ਪੰਜਾਬ ਦੇ ਹਰ ਇੱਕ ਵਾਸੀ ਨੇ ਬਹੁਤ ਦੁੱਖ ਮਨਾਇਆ ਗਾ। ਸੋ ਅੱਜ ਉਹਨਾਂ ਦਾ ਦੁਸਹਿਰਾ ਗਾ, ਉਹਨਾਂ ਦੀ ਅੰਤਮ ਅਰਦਾਸ ਹੈ। ਅੱਜ ਤਪ ਸਥਾਨ ਬੀਬੀ ਪ੍ਰਧਾਨ ਕੌਰ ਬਰਨਾਲਾ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਉਸ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਜਾ ਰਹੀ ਹੈਗੀ। ਇੱਥੋਂ ਸਾਡੇ ਹਲਕਾ ਇੰਚਾਰਜ ਸਾਹਿਬ ਕੁਲਵੰਤ ਸਿੰਘ ਜੀ ਕੀਤੂ, ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸੰਗਤਾਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋ ਰਹੀਆਂ। ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀ ਦੇ ਭੋਗ ਨੇਗੇ। ਇੱਥੋਂ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਤਪ ਸਥਾਨ ਤੋਂ ਸਾਰੀ ਸੰਗਤ ਇਕੱਠੀ ਹੋ ਕੇ ਆਪਦੇ ਸਾਧਨਾਂ ਰਾਹੀਂ ਬੱਸਾਂ ਰਾਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀ ਦੇ ਭੋਗ 'ਤੇ ਜਾ ਰਹੇ ਹਨ। ਉਹਨਾਂ ਦੇ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਣਗੇ। ਇਹ ਜਥਾ ਸਰਦਾਰ ਕੁਲਵੰਤ ਸਿੰਘ ਕੀਤੂ ਜੀ ਦੀ ਅਗਵਾਈ ਵਿੱਚ ਅਤੇ ਪਰਮਜੀਤ ਸਿੰਘ ਖਾਲਸਾ ਮੈਂਬਰ ਐਗਜੈਕਟਿਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਅਗਵਾਈ ਵਿੱਚ ਜਾ ਰਿਹਾ ਹੈ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇੱਕ ਐਸੇ ਇਨਸਾਨ ਸਨ ਜਿਨ੍ਹਾਂ ਦਾ ਬਹੁਤ ਵੱਡਾ ਪ੍ਰਭਾਵ ਸੀ ਸਾਰੇ ਦੁਨੀਆ ਵਿੱਚ, ਕਿਉਂਕਿ ਉਹਨਾਂ ਕੋਲ ਬੈਠ ਕੇ ਕੋਈ ਵੀ ਬੰਦਾ ਆਪਣੇ ਆਪ ਨੂੰ ਛੋਟਾ ਮਹਿਸੂਸ ਨਹੀਂ ਸੀ ਕਰਦਾ। ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ। ਇੱਕ ਵਾਰ ਅਸੀਂ 1982 ਵਿੱਚ ਜੇਲ੍ਹ 'ਚ ਇਕੱਠੇ ਹੋਏ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਪਹਿਲਾਂ ਹੀ ਧਰਮ ਯੁੱਧ ਮੋਰਚੇ 'ਚ ਗਏ ਹੋਏ ਸੀ। 23 ਅਗਸਤ 1982 ਨੂੰ ਸਾਡਾ ਜਥਾ ਉੱਥੇ ਚੱਲਿਆ ਗਿਆ। ਅਸੀਂ ਉਹਨਾਂ ਨਾਲ ਤਕਰੀਬਨ 4-5 ਮਹੀਨੇ ਇਕੱਠੇ ਜੇਲ੍ਹ 'ਚ ਰਹੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਨੇੜਿਓਂ ਹੋ ਕੇ ਦੇਖਣ ਦਾ ਟਾਈਮ ਮਿਲਿਆ। ਉਹਨਾਂ ਨਾਲ ਖੇਡੇ, ਉਹਨਾਂ ਨਾਲ ਵਰਤੇ, ਹਰ ਚੀਜ਼ ਜੋ ਵੀ ਕੋਈ ਗੱਲ ਹੁੰਦੀ ਅਸੀਂ ਉਹਨਾਂ ਨੂੰ ਮਤਲਬ ਕਿ ਦੱਸਦੇ ਤਾਂ ਪੂਰੀ ਕਰ ਦਿੰਦੇ। ਜਦੋਂ ਵੀ ਕੋਈ ਅਸੀਂ ਅਖੰਡ ਪਾਠ ਕਰਾਉਣਾ ਤਾਂ ਬਾਦਲ ਸਾਹਿਬ ਨੇ ਕਹਿਣਾ ਵੀ ਇਹ 'ਚ ਕੰਮ ਜ਼ਰੂਰ ਕਰਾਓ। ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਗਾ।